ਰੇਲਵੇ ਸਟੇਸ਼ਨ ਫਿਰੋਜ਼ਪੁਰ ਤੋਂ ਰਵਾਨਾ ਹੋ ਕੇ ਜੰਮੂ ਜਾ ਰਹੀ ਸੀ ਟ੍ਰੇਨ। ਜਦੋਂ ਉਹ ਕੁਝ ਕੁ ਦੂਰੀ ਤੇ ਗਈ ਤਾਂ ਕਾਸੂ ਬੇਗੂ ਸਟੇਸ਼ਨ ਤੇ ਅਧਿਕਾਰੀਆਂ ਵੱਲੋਂ ਰੋਕ ਦਿੱਤੀ ਗਈ। ਜਾਣਕਾਰੀ ਮੁਤਾਬਕ ਦੱਸਿਆ ਗਿਆ ਕਿ ਗੱਡੀ ਵਿੱਚ ਬੰਬ ਦੀ ਕਾਲ ਆਈ ਸੀ, ਜਿਸ ਕਰਕੇ ਰੌਲਾ ਪੈ ਗਿਆ ਤੇ ਸੂਚਨਾ ਤੋਂ ਬਾਅਦ ਸਵਾਰੀਆਂ ਨੂੰ ਸਟੇਸ਼ਨ ਤੇ ਉਤਾਰ ਕੇ ਸਾਰੀ ਛਾਣਬੀਨ ਕੀਤੀ ਗਈ। ਤੁਹਾਨੂੰ ਤਸਵੀਰਾਂ ਦਿਖਾ ਰਹੇ ਹਾਂ ਕਿ ਕਿਸ ਤਰ੍ਹਾਂ ਪੁਲਿਸ ਵੱਲੋਂ ਸਾਰੀ ਛਾਣਬੀਨ ਕੀਤੀ ਜਾ ਰਹੀ ਹੈ। ਸਵਾਰੀਆਂ ਨੂੰ ਟ੍ਰੇਨ ਵਿੱਚੋਂ ਬਾਹਰ ਕੱਢ ਕੇ ਡੱਬੇ ਦੀ ਛਾਣਬੀਨ ਕੀਤੀ ਗਈ। ਛਾਣਬੀਨ ਕਰਨ ਲਈ ਵੱਡੀ ਗਿਣਤੀ ਵਿੱਚ ਪੁਲਿਸ ਅਧਿਕਾਰੀ ਸਟੇਸ਼ਨ ਤੇ ਪਹੁੰਚੇ। ਪਤਾ ਲੱਗੇਗਾ ਕਿ ਸ਼ਰਾਰਤੀ ਅਨਸਰਾਂ ਵੱਲੋਂ ਫੋਨ ਕਰਕੇ ਪੁਲਿਸ ਨੂੰ ਪਰੇਸ਼ਾਨ ਕੀਤਾ ਜਾ ਰਿਹਾ ਸੀ ਜਾਂ ਫਿਰ ਕਿਸੇ ਗੁਪਤ ਸੂਤਰ ਵੱਲੋਂ ਪੁਲਿਸ ਦੀ ਮਦਦ ਕੀਤੀ ਜਾ ਰਹੀ ਸੀ। ਬਾਕੀ ਦੀ ਕਾਰਵਾਈ ਜਾਰੀ ਹੈ।